ਕੁਝ ਵਾਰੇ ਪਹਿਲਾਂ ਸਾਡੀ ਜੇਲ੍ਹ ਦੇ ਵਿੱਚ ਰਾਮਲੀਲਾ ਹੋਇਆ ਕਰਦੀ ਸੀ। ਲਕਸ਼ਮਣ ਮੂਰਛਾ ਵਾਲੇ ਦਿਨ ਹਨੂੰਮਾਨ ਬਣੇ ਕੈਦੀ ਨੇ ਸੰਜੀਵਨੀ ਬੂਟੀ ਲੈਣ ਦੇ ਬਹਾਨੇ ਐਸੀ ਉਡਾਰੀ ਮਾਰੀ, ਐਸੀ ਉਡਾਰੀ ਮਾਰੀ ਕਿ ਦੁਸਹਿਰਾ ਵੀ ਟੱਪ ਗਿਆ, ਪਰ ਪਿਓ ਦਾ ਪੁੱਤ ਉਹ ਵਾਪਸ ਨਾ ਪਰਤਿਆ। ਫਿਰ ਅਸੀਂ ਆਪਣੀ ਜੇਲ੍ਹ ਦਾ ਟਰੈਕ ਰਿਕਾਰਡ ਠੀਕ ਕਰਨ ਲਈ ਫੈਸਲਾ ਕੀਤਾ ਕਿ ਅੱਗੇ ਤੋਂ ਸਾਡੀ ਜੇਲ੍ਹ ਦੇ ਵਿੱਚ ਲਕਸ਼ਮਣ ਜੀ ਨੂੰ ਜੋ ਹੁੰਦਾ ਹੋ ਜਾਵੇ, ਪਰ ਹਨੂੰਮਾਨ ਜੀ ਸੰਜੀਵਨੀ ਬੂਟੀ ਲੈਣ ਜੇਲ੍ਹ ਤੋਂ ਬਾਹਰ ਨਹੀਂ ਜਾਣਗੇ। ਜਿਵੇਂ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲਾਂ, ਮੈਨੂੰ ਸਮਝ ਤਾਂ ਆ ਰਹੀ ਹੈ ਮੈਂ ਕੀ ਬੋਲਾਂ, ਪਰ ਇਹ ਸਮਝ ਨਹੀਂ ਆ ਰਹੀ ਕਿ ਮੈਂ ਕਿਵੇਂ ਬੋਲਾਂ। ਇਹਨਾਂ 20 ਸਾਲਾਂ ਦੀ ਨੌਕਰੀ ਵਿੱਚ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਵਰਦੀ 'ਤੇ ਕੋਈ ਦਾਗ ਨਾ ਲੱਗ ਜਾਵੇ। ਬਸ ਨਾਤੀ ਧੋਤੀ ਰਹਿ ਗਈ ਅਤੇ ਉੱਤੇ ਮੱਖੀ ਬਹਿ ਗਈ, ਕਿਵੇਂ ਫਰੋਲਾਂ ਮੈਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਅਤੇ ਦਰਦਾਂ ਨੂੰ। ਮੁੱਕਦੀ ਗੱਲ 100 ਗੱਲਾਂ ਦੀਆਂ 2-3 ਗੱਲਾਂ, ਇਹਨਾਂ ਰਿਹਾ ਹੋਣ ਵਾਲੇ ਦੋਹਾਂ ਕੈਦੀਆਂ ਨੂੰ ਮੈਂ ਆਪਣੇ ਬੱਚਿਆਂ ਵਾਂਗੂ ਪਿਆਰ ਕੀਤਾ, ਪਰ ਇਹਨਾਂ ਨਾ ਸ਼ੁਕਰਿਆ ਨਾ ਮੇਰੇ ਨਾਲ ਮਤਰਾਏ ਪਿਓ ਵਾਲੀ ਕੀਤੀ, ਮੇਰੀ ਵਰਦੀ ਅਲਾਓ ਨਹੀਂ ਕਰਦੀ। ਨਹੀਂ ਅੱਜ ਇਸ ਮੁਬਾਰਕ ਮੌਕੇ 'ਤੇ ਮੈਂ ਐਸੀ ਗਾਲ ਬੋਣੀ ਸੀ, ਐਸੀ ਗਾਲ ਬੋਣੀ ਸੀ ਕਿ ਇਹਨਾਂ ਦੋਹਾਂ ਕੈਦੀਆਂ ਦੇ ਘਰਦਿਆਂ ਨੇ ਆ ਕੇ ਮਿੰਨਤਾਂ ਕਰਨੀਆਂ ਸੀ, ਅਸੰਭਵ ਆਪਣੇ ਕੈਦੀ ਵਿੱਚ ਮਾਵਾਂ ਭੈਣਾਂ ਘੜੀਸਣ ਦੀ ਲੋੜ ਨਹੀਂ।